do share. ਇੱਕ ਸ਼ੇਰ ਹਜ਼ਰਤ ਗਾਜ਼ੀ ਅਬਾਸ ਦੀ ਸ਼ਾਨ ਦਾ, ਸੈਯਦ ਲਜਪਾਲ ਤਸ਼ਰੀਫ ਫਰਮਾਇਨ ਸ਼ੇਰ ਏ ਜੋ ਗਾਜ਼ੀ ਕੋ ਅਗਰ ਮੋਕਲ ਮੇਰੀ ਸਰਕਾਰ ਦੇ ਦਿੰਦੀ, ਗਾਜ਼ੀ ਕੋ ਅਗਰ ਮੋਕਲ, ਜਿਹੜੇ ਨਿਵੇ ਬੁਲੈਂਦੇ ਤੁਸੀਂ ਇੱਥੋਂ ਦੇ ਹੋ, ਬਸ ਸਿਰਫ ਇਹੋ ਕੁਝ ਦੱਸ ਦਿਓ, ਬਾਕੀ ਮੈਂ ਆਪ ਆਪਣੀ ਮਰਜ਼ੀ ਦੇ ਪੜਸਾਂ, ਜਿਹੜੇ ਨਹੀਂ ਵੇ ਬੋਲਦੇ ਇੱਥੋਂ ਦੇ ਹੋ ਤੁਸਾਂ, ਗਾਜ਼ੀ ਕੋ ਅਗਰ ਮੋਕਲ ਮੇਰੀ ਸਰਕਾਰ ਦੇ ਦਿੰਦੀ, ਗਾਜ਼ੀ ਕੋ ਅਗਰ ਮੋਕਲ ਹਜ਼ੂਰ, ਗਾਜ਼ੀ ਕੋ ਅਗਰ ਮੋਕਲ ਮੇਰੀ ਸਰਕਾਰ ਦੇ ਦਿੰਦੀ, ਇਹਾ ਹਸਤੀ ਹਿੱਕੇ ਲਮਹੇ ਸਭੈ ਕੋ ਮਾਰ ਦੇ ਦਿੰਦੀ, ਗਾਜ਼ੀ ਕੋ ਅਗਰ ਮੋਕਲ ਮੇਰੀ ਸਰ, ਦੇਖੋ ਪੰਜ ਤਨ ਦੀ ਸ਼ਾਨ ਦਾ ਸ਼ੇਰ ਏ, ਹਜ਼ੂਰ ਦੇ ਬਾਲਣ ਦੀ ਬੰਦਾ ਤਾਰੀਫ ਕਰੇ ਨਬੀ ਸੀ ਖੁਸ਼ ਥੀਂਦੇ ਨੇ, ਗਾਜ਼ੀ ਕੋ ਅਗਰ ਮੋਕਲ ਮੇਰੀ ਸਰਕਾਰ ਦੇ ਦਿੰਦੀ, ਇਹਾ ਹਸਤੀ ਹਿੱਕੇ ਲਮਹੇ ਸਭੈ ਕੋ ਮਾਰ ਦੇ ਦਿੰਦੀ, ਗਾਜ਼ੀ ਕੋ ਅਗਰ ਮੋਕਲ ਮੇਰੀ ਸਰਕਾਰ ਦੇ ਦਿੰਦੀ, ਇਹਾ ਹਸਤੀ ਹਿੱਕੇ ਲਮਹੇ ਸਭੈ ਕੋ ਮਾਰ ਦੇ ਦਿੰਦੀ, ਬਚੇ ਹਾ ਕੌਣ ਗਾਜ਼ੀ ਤੂੰ ਜ਼ਫਰ ਮੈਦਾਨ ਕਰਬਲ ਵਿੱਚ, ਸਕੀਨਾ ਮਸ਼ਕ ਦੇ ਬਦਲੇ ਅਗਰ ਤਲਵਾਰ ਦੇ ਦਿੰਦੀ, ਬਚੇ ਹਾ ਕੌਣ ਗਾਜ਼ੀ ਤੂੰ ਜ਼ਫਰ ਮੈਦਾਨ ਕਰਬਲ ਵਿੱਚ, ਸਕੀਨਾ ਮਸ਼ਕ ਦੇ ਬਦਲੇ ਅਗਰ ਤਲਵਾਰ ਦੇ ਦਿੰਦੀ। ਕਿਬਲਾ ਮੁਰੀਦ ਸ਼ਾਹ ਸਾਹਿਬ, ਮੈਂ ਭੁੱਲ ਖੜਾ ਜਾਂ ਨਾ ਆਪ ਦਈ ਹੋਏ, ਸਹੀ ਫਰਮਾਇਆ ਨੇ ਸ਼ੇਰ ਇੱਕ ਦਫਾ ਵਲਾ ਪੜ੍ਹੋ, ਮੈਂ ਸ਼ੇਰ ਵੱਲ ਪਿਆ ਪੜ੍ਹਦਾ। ਗਾਜ਼ੀ ਕੋ ਅਗਰ ਵਫਾ ਵਾਲਾ ਬੰਦਾ ਸੁਬਾਣ ਅੱਲਾ ਆਖ ਸਕਦੇ, ਬੇਵਫਾ ਬਿਲਕੁਲ ਨਾ ਬੋਲੇ। ਜੋ ਮੈਂ ਵਫਾ ਦੇ ਪੈਕਰ ਦੀ ਸ਼ਾਹ ਨੇ ਸ਼ੇਰ ਪਿਆ ਪੜ੍ਹਦਾ, ਗਾਜ਼ੀ ਕੋ ਅਗਰ ਮੋਕਲ, ਇਵੇਂ ਨਾ ਨੌਕਰ ਸਾਹਿਬ, ਗਾਜ਼ੀ ਕੋ ਅਗਰ ਮੋਕਲ ਮੇਰੀ ਸਰਕਾਰ ਦੇ ਦਿੰਦੀ, ਇਹਾ ਹਸਤੀ ਹਿੱਕੇ ਲਮਹੇ ਸਭੈ ਕੋ ਮਾਰ ਦੇ ਦਿੰਦੀ, ਬਚੇ ਹਾ ਕੌਣ ਗਾਜ਼ੀ ਤੂੰ ਜ਼ਫਰ ਮੈਦਾਨ ਕਰਬਲ ਵਿੱਚ, ਸਕੀਨਾ ਮਸ਼ਕ ਦੇ ਬਦਲੇ ਅਗਰ ਤਲਵਾਰ ਦੇ ਦਿੰਦੀ। ਔਰ ਇਹ ਸ਼ੇਰ ਸੈਯਦ ਲਜਪਾਲ ਤਸ਼ਰੀਫ ਫਰਮਾਇਨ, ਮੈਂ ਸ਼ੇਰ ਪਿਆ ਪੜ੍ਹਦਾ, ਲੋਕ ਅਦਨੀ ਮਾਮੇ ਵਾਲੀ ਮਕਾਮ ਕਰਬਲਾ ਦੇ ਵਿੱਚ ਗਏ, ਪੂਰਾ ਜ਼ੋਰ ਲਜੋਨੇ ਜੀਤ ਨਾ ਸਜੀਏ, ਮੈਂ ਸ਼ੇਰ ਪਿਆ ਪੜ੍ਹਦਾ, ਇਹਦੇ 'ਤੇ ਗੌਰ ਕਰਾ ਹੈ ਅਤੇ ਫੈਸਲਾ ਹੀ ਹੁਣ ਕਰਾ ਹੈ ਸ਼ੇਰ ਸੁਣ 'ਤੇ। ਜੋ ਬਦਬਖਤ ਯਜ਼ੀਦ ਦਾ ਹਰ ਸ਼ੋਭਾ ਇਸਲਾਮ ਦੇ ਐਨ ਮੁਨਾਫੀ ਹਾ, ਬਦਬਖਤ ਯਜ਼ੀਦ ਦਾ ਹਰ ਸ਼ੋਭਾ ਇਸਲਾਮ ਦੇ ਐਨ ਮੁਨਾਫੀ ਹਾ, ਹਰ ਜੁਰਮ ਹੁੰਦਾ ਕੁਰਾਨ ਦੀ ਰੂਹ ਨਾ ਕਾਬਿਲ ਮਹਜ਼ ਤਲਾਫੀ ਹਾ, ਸ਼ਬੀਰ ਦੇ ਐਨ ਮੁਕਾਬਲੇ ਵਿੱਚ ਉਹਦਾ ਲਸ਼ਕਰ ਢੇਰ ਇਜ਼ਾਫੀ ਹਾ, ਜੰਗ ਜ਼ਫਰ ਹੁਸੈਨ ਕਰੇਂਦਾ ਜੇ ਅਬਾਸ ਤੇ ਅਕਬਰ ਕਾਫੀ ਹਾ, ਜੰਗ ਜ਼ਫਰ ਹੁਸੈਨ ਕਰੇਂਦਾ ਜੇ ਅਬਾਸ ਤੇ ਅਕਬਰ ਕਾਫੀ ਹਾ। ਮੈਂ ਕੈਮਰੇ ਵਾਲੇ ਕੋਲ ਪਿਛਲੇ ਪੰਜੇ ਕੋਲ ਦੇਖਣ ਚਾਹੁੰਦਾ, ਹਾਲਤ ਦੇਖਣੀ ਚਾਹੀਦੀ ਹੈ, ਜੋ ਬੰਦਾ ਜੋ ਪੰਜ ਤਨ ਦੀ ਸ਼ਾਨ ਦਾ ਸ਼ੇਰ ਪੜ੍ਹੇ, ਹਾਲਤ ਦੇਖਣੀ ਚਾਹੀਦੀ ਹੈ। ਆਖਰੀ ਸ਼ੇਰ ਮੇਰੀ ਹਾਜ਼ਰੀ ਦਾ, ਮੈਂ ਸੈਯਦ ਨਾਥ ਖਾਨ ਹੈ ਅਤੇ ਬੜੇ ਜ਼ੌਕ ਵਾਲਾ ਜਵਾਨ ਹੈ ਅਤੇ ਉਹ ਬੜਾ ਥੋੜ੍ਹਾ ਪੜ੍ਹਦੇ ਨੇ, ਉਹਨੇ ਕੋਈ ਅਹਿਸਾਸ ਹੈ ਟਾਈਮ ਦਾ ਅਹਿਸਾਸ, ਵੱਡਾ ਨਾਥ ਖਾਨ ਹੀ ਉਹ ਹੁੰਦੇ ਜੇ ਕੋਈ ਮਜਮੇ ਦਾ ਅਹਿਸਾਸ ਹੋਵੇ, ਇਵੇਂ ਨਾ ਸਹੀ। ਕਿ ਬਲਾ ਇੱਕ ਦਿਹਾਤ ਜਲਸਾ ਥਿਆ ਅਤੇ ਨਾਥ ਖਾਨ ਕਾਪੀ ਖੋਲ ਅਤੇ ਪੜ੍ਹਨ ਸ਼ੁਰੂ ਕਰ ਦਿੱਤੋ, ਜ਼ੁਬਾਨੀ ਯਾਦ ਜਿਹੜਾ ਕੁਝ ਹੋ ਕੋ ਹਾ ਹਾ ਵੱਲ ਕਾਪੀ ਖੋਲ ਅਤੇ ਸ਼ੁਰੂ ਕਰ ਦਿੱਤੋ ਪੜ੍ਹਨ। ਬੰਦੇ ਕੁਝ ਦੇਰ ਸਬਰ ਕੀਤਾ, ਘੰਟਾ ਡੇਢ ਡੂ, ਛੇ ਘੜੇ 'ਚ ਇੱਕ ਬੁਢੜਾ ਲੱਕੜ ਚਾਹ 'ਤੇ ਆਇਆ ਸਟੇਜ ਵਾਲੇ ਪਾਸੋਂ। ਊਂ ਜਿਹੜੇ ਊਂ ਕੋਈ ਡਿੱਠਾ ਊਂ ਆ ਕਿ ਤੂੰ ਮੇਰੇ ਕੋਲ ਕੁਝ ਨਾ ਆ, ਮੈਂ ਬਸ ਪਿਆ ਕਰਨਾ ਹੋਵਾਂ ਕਿ ਤੂੰ ਜਿਤਨਾ ਪੜ੍ਹੇ ਪੜ੍ਹ, ਮੈਂ ਗੁਲੇ ਦਾ ਵਧਾਂ ਤੇ ਕੋਈ ਸਾਰੀ ਕਿਹੜਾ ਹੈ। ਸੁਣਾਵਣ ਵਾਲੇ ਕੋਈ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਸੁਣਨ ਵਾਲੇ ਕੋਈ ਅਹਿਸਾਸ ਹੋਣਾ ਚਾਹੀਦਾ, ਜੋ ਜਿਹੜੇ ਨਾਥ ਖਾਂ ਪੜ੍ਹੇ ਉਹਲੇ ਪਾਣੀ ਨਾ ਪੀਵਣ, ਜਾਗ ਤੇ ਬਹਿਣ। ਆਖਰੀ ਸ਼ੇਰ ਹਜ਼ੂਰ ਪੇਸ਼ ਪਿਆ ਕਰੇ ਨਾ, ਆਪ ਦੀ ਮਸਰੂਫੀਅਤ, ਹਜ਼ਾਰਾਂ ਲੱਖਾਂ ਮੁਰੀਦ, ਅੱਲਾ ਆਪ ਕੋ ਸਲਾਮਤ ਰੱਖੇ, ਜ਼ਿਆਰਤ ਕਰਾ ਦਿੱਤੀ ਹੋਵੇ। ਮੈਂ ਆਖਰੀ ਸ਼ੇਰ ਇਮਾਮ ਪਾਕ ਦੀ ਬਾਰਗਾਹ 'ਚ ਪੇਸ਼ ਕਰਤੇ, ਸੈਯਦ ਲਜਪਾਲ ਕੋ ਸਦਾ ਦੇਵਣ ਚਾਹੁੰਦਾ, ਆਪਣੀ ਮੁਖਤਸਰ ਹਾਜ਼ਰੀ ਪੇਸ਼ ਕਰੇ ਸਨ। ਆਖਰੀ ਸ਼ੇਰ ਮੇਰਾ ਇਹ ਹੈ, ਜੋ ਅਜਬ ਜ਼ਮਾਨੇ ਦਾ ਸ਼ੋਰ ਲੱਗਦੇ,
अच्छा पढ़ा तो इो आ शेर हूँ मैं ये नहीं पढ़ता, हूँ मैं शेर ये पे पढ़ता जो कहीं दी हद हदूद ना खावी। यार हक सच आखना चाहिए, ट्राली जो लड़ी है कमान दी ते शुगर मिल तक वेंजे त्रिहाई खाली थी वेंजे कौन खंदे, कहीं दी हद हदूद ना खावी, क्याम रकू सुजूद ना खावी, पेट ते जफर पत्थर बद्धी, भुखा मर वन सूद ना खावी। ए जिन्हें मेरे को दाद नहीं दीती हजूर असल तबलीगी है, अल्लाह की कसम चाहते आदा बंदे का रिज़्क हलाल ना होए उम्रे करण का कोई फायदा कह नहीं, हज करण का कोई फायदा कह नहीं, मिलाद मनावण का कोई फायदा कह नहीं, जे रिज़्क हलाल कह नहीं था। बुजुर्ग सफर पे करेंदे हन कख जो गैर दे पासों चतोने ते तहज्जुद दा टाइम थिया ओ शेख बोल पिया उन्हें दा, उन्हें आखिया जी इबादत जौक नहीं आया, लून मिर्चा आटा ये तो अपना हाथ वाल क्यों जोक नहीं आया, खलीफा बोल पिया सही कख मैं बगैर पूछा चाहते भा बाली है। विलायत इहा होंदी है या विलायत उहा होंदी है, कहीं दी हद हदूद ना खावी, क्याम रकू सुजूद ना खावी, पेट ते जफर पत्थर बद्धी, भुखा मर वन सूद ना खावी। बेवानी हराम, घिननी हराम, लिखनी हराम, वो सच खड़ा दा दा बोलो जे सारे इवें हो तो वाला पीछे जी चुंड ना बोले मेरे कोई शक पाए देंदे कि भला अस अल्लाह सही आख्या मन छोड़ दीते, अल्लाह हुक्म दीते उछोर दो, मेरे पास एक बंदे मैं के मैं नहीं देंदा क्या करे सो, अंधारी जो आई है त्रै सौ मन भों उड़ा गया, जो आने के पांच मन मैं कहना दे सा। सुनते बैठो यार एक बीमारी जो बंदे दे जिस्म च लग बंजे ते करोड़ा खर्च थी वंजन, बल कड़ी सोचा कर जो एहसान करीम दा कितना है, ते को रब इंसान बड़ा छोड़े, कर दाखिल सही दी उम्मत बेच इस्लाम दा हार पवा छोड़े, तेरी खातर सारी दुनिया को रब नेमते नाल सजा छोड़े, तू मालिक है मेरी धरती दा रब वाजे आप फरमा छोड़े, कड़ी कल्हे बहते सोचा कर ते को क्या क्या जफर खुदा दीते, वो जड़े दीन दा सदका पलदा पई तैं दीन इस्लाम को क्या दीते। मैं सुनी जो ही इलाके जी मदरसा है तो आपको मदरसे नाल प्यार हो गया, सुभान अल्लाह को मदरसे नाल प्यार करो, कुरान पढ़ावन वाले बंदे को चंगा समझा करो,